स्वागत है किसान वीरों तुहाडा सिद्क डेयरी फार्मिंग दे विच। किसान वीरों अज जिहड़ी वीडियो बना रहे हैं पिंड भैरो भट्टी, ये हरीनौ दे बिल्कुल नाल पिंड है। भैरो भट्टी फरीदकोट जिले का पिंड ते तहसील इहनू कोटकपुरा पैंदी है। कोटकपुरे तो रामयाणा रोड है जिहड़ा, उहदे ते हरीनौ पिंड आउंदा है ते हरीनौ तो अद्धा किलोमीटर साइड ते भैरो भट्टी नां दा पिंड। जिहड़े घर चों वीडियो बना रहे हां दसो, दूजी वीडियो इस घर चो मैं बनाउन लगा। तो पशु पालन का काम शौक या तौर पर है घर के जिहड़े, जिवें खेतीबाड़ी बाई जोरी करते हैं वड्डे लैवल पर है तो वह दुध की पूर्ति वास्ते इत्थे पशु रखे हुए हैं। पर जिन्हें भी पशु तुसीं देखोगे इत्थे सांभे शकीन ही जाते, जिवें एचएफ तुसीं देखो काफ़ी चंगे कद काठ की सोहने दुध वाली गां रखी हुई है। अज तुहानू मैं एक जर्सी गां दिखाउणी है कॉफी कलर के, कॉफी कलर जर्सी का थोड़ा जिहा जिहड़े समझ च आ रहा वो इदां हुंदा वी एचएफ के पेटों जदों पैदा हुंदी है गां तो बहुत वार इदा के कलर के जन्म लेंदी है। सो इस टाइम जी आप शरीरक बनतर समझते हैं तो जर्सी पक्ष ज़्यादा है, पर ये है एच एफ के पेटों पैदा हुई भी। डिटेल पुछांगे, छोटी उम्र की वैड चंगे कद काठ दी है, सोहना दुध पाऊगी, रेट वीडियो होगा, जिन्हों पसंद आजू वह वीर तसली आके कर सकता है तो आपकी तसली करके तुम खरीद लो। नंबर स्क्रीन पर वीर का चलता रहना। सो आओ आप दसो ये डिटेल पुछते हैं फिर ये खोल के तोरेंगे। ਬਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ। ਨਾਮ ਦੱਸੋ ਜੀ ਆਪਣਾ। ਨਾਮ ਸੁਖਮੇਰ ਸਿੰਘ ਕਾਲਾ ਜੀ। ਠੀਕ ਹੈ। ਅੱਛਾ ਬਈ ਅੱਜ ਇੱਕ ਵਹਿੜ ਵੇਚਣ ਲੱਗੇ ਆ, ਘਰ ਦੀ ਵਹਿੜ ਹੀ ਆਪਣੇ? ਹਾਂਜੀ ਘਰ ਦੀ। ਅੱਛਾ ਇਹਦੀ ਮਾਂ ਜਿਹੜੀ ਆ ਉਹ ਐਚ ਐਫ ਹੋਊਗੀ ਮੇਰੇ ਖਿਆਲ 'ਚ? ਹਾਂਜੀ ਉਹ 34 ਲੀਟਰ ਦੁੱਧ ਦਿੰਦੀ ਸੀ। ਅੱਛਾ ਐਚ ਐਫ ਸੀ 34 ਕਿਲੋ ਦੁੱਧ? ਹਾਂਜੀ ਹਾਂ। ਅੱਛਾ ਟੀਕੇ ਦਾ ਪਤਾ ਕਿਹੜੇ ਦੀ ਹੈ ਜਾਂ ਨਹੀਂ ਪਤਾ? ਇਹ ਸਾਡੇ ਕਿੰਦੇ ਡਾਕਟਰ ਨੇ ਭਰਿਆ, ਇਹ ਭਰਿਆ ਜਲਤੀ ਹੈ। ਠੀਕ ਹੈ। ਇਹ ਨਹੀਂ ਪਤਾ ਕਿਹੜਾ ਬਣਿਆ, ਉਹ ਜਲਤੀ ਆ ਵੀ ਉਸੇ ਦਾ ਹੀ ਭਰਿਆ। ਠੀਕ ਹੈ। ਮਤਲਬ ਅੱਗੇ ਵੀ ਇਹਦੇ ਜਰਸੀ ਲੱਗਾ ਤੇ ਆਪ ਵੀ ਜਰਸੀ ਸੀ ਬੰਦੀ? ਹਾਂਜੀ ਹਾਂਜੀ ਹਾਂ। ਕਿੰਨੇ ਕੁ ਦਿਨ ਲੈ ਜੂ ਸੋਣ 'ਚ? ਇਸ ਹੁਣ 'ਚ 20 ਤਰੀਕ ਨੂੰ 9 ਮਹੀਨੇ ਪੂਰੇ ਹੋ ਜਾਣੇ। 20 ਤਰੀਕ ਨੂੰ? ਹਾਂਜੀ। ਹਜੇ 11 ਤਰੀਕ ਹੈ, 9 ਦਿਨ ਪਏ ਆ 9 ਮਹੀਨੇ ਪੂਰੇ ਹੋਣ 'ਚ। ਅੱਛਾ ਇਹਦਾ ਰੇਟ ਆਪਾਂ ਕੀ ਰੱਖਿਆ? ਰੇਟ ਜੀ 85,000 ਰੁਪਏ। 85,000 ਆਪਣੀ ਡਿਮਾਂਡ ਹੈ। ਇਹਦੀ ਉਮਰ ਅੰਦਾਜ਼ਾ ਕਿੰਨੀ ਕੁ? ਉਮਰ 2 ਸਾਲ ਤੋਂ ਖੀਰੀ ਹੈ, 2 ਸਾਲਾਂ ਤੋਂ ਘੱਟ ਹੀ ਹੋਊਗੀ। 2 ਸਾਲਾਂ ਤੋਂ ਉਮਰ ਘੱਟ ਹੈ ਤੇ ਦੰਦੋ ਖੀਰੀ ਹੈ? ਖੀਰੀ ਹੈ ਜੀ। ਠੀਕ ਹੈ। ਸੋ ਦੱਸੋ 85,000 ਰੁਪਇਆ ਡਿਮਾਂਡ ਹੈ, ਦੰਦੋ ਖੀਰੀ ਵੱਛੀ ਹੈ, ਚੰਗੇ ਕੱਦ ਕਾਠ ਦੀ ਹੈ, ਬਹੁਤ ਸੋਹਣੀ ਵੱਛੀ। ਥਣ ਦਾ ਸਹਿਜ ਇੱਧਰੋਂ ਤੁਸੀਂ ਨੋਟ ਕਰੋ, ਬਹੁਤ ਸੋਹਣਾ ਥਣ ਕੱਢ ਰਹੀ ਹੈ, ਚਾਰੇ ਥਣ ਬਿਲਕੁਲ ਇੱਕੋ ਜਿਹੇ ਦਿਸਦੇ ਹੈ। ਹਵਾਨਾ ਜਿਹੜਾ ਉਹ ਕਾਫ਼ੀ ਚੰਗਾ ਹੈ, ਬਾਕੀ ਜੋ ਤੁਰੂ ਉਹ ਤੁਹਾਨੂੰ ਦਿਸ ਜੂ। ਫੇਸ ਦੇਖ ਸਕਦੇ ਹੋ, ਮੈਂ ਕਿਹਾ ਸੀ ਵੀ ਇਹ ਜਰਸੀ 'ਚ ਜ਼ਿਆਦਾ ਅਤੇ ਇਹਦਾ ਚਿਹਰਾ ਦੱਸਦਾ ਵੀ ਇਹ ਜਰਸੀ ਬਰੀਡ ਹੈ, ਪਰ ਇਹ ਕ੍ਰੋਸ ਜਰਸੀ ਹੈ ਕਿਉਂਕਿ ਇਹ ਐਚ ਐਫ ਦੇ ਪੇਟੋਂ ਪੈਦਾ ਹੋਈ ਵੀ ਹੈ। ਪੰਜਾਬ ਵਾਲੀ ਬਰੀਡ ਜਿਹੜੀ ਵੀਰ ਤਿਆਰ ਕਰਨੀ ਚਾਹੁੰਦੇ ਆ ਤਾਂ ਇੱਦਾਂ ਦੀਆਂ ਗਾਵਾਂ ਤੋਂ ਤੁਸੀਂ ਜਰਸੀ ਬੱਚੇ ਲਓ, ਕਿਉਂਕਿ ਇਹ ਮਜ਼ਬੂਤ ਢਾਂਚੇ ਹੈ, ਇਹਨਾਂ ਦੇ ਵਿੱਚੋਂ ਚੰਗੀ ਜਰਸੀ ਜਿਹੜੀ ਉਹ ਤੁਹਾਡੇ ਕੋਲ ਤਿਆਰ ਹੋਊਗੀ। ਤੋੜ ਕੇ ਦਿਖਾਉਂਦੇ ਆ ਖੋਲੀ ਬਾਈ ਨੂੰ। ਸੋ ਜਿਹਨੂੰ ਪਸੰਦ ਆਵੇ ਦੋਸਤੋ, 85,000 ਡਿਮਾਂਡ ਹੈ, ਮਾਨਤਣ ਵਿੱਚੋਂ ਹੋ ਜਾਣਾ ਹੁੰਦਾ ਸਾਰੇ ਹੀ ਜਾਣਦੇ ਹੋ, ਕਿਉਂਕਿ ਫਿਕਸ ਰੇਟ ਨਹੀਂ ਰੱਖਿਆ ਜਾਂਦਾ। ਸੋ ਜਿਹੜਾ ਵੀਰ ਆਊਗਾ ਉਹਦਾ ਜ਼ਰੂਰ ਥੋੜ੍ਹਾ ਬਹੁਤ ਮਾਨਤਣ ਕੀਤਾ ਜਾਊਗਾ। ਤੋੜ ਕੇ ਤੁਹਾਨੂੰ ਮੈਂ ਵੈੜ ਦਿਖਾਉਣਾ, ਦੱਸੋ ਸੋਹਣੇ ਢਾਂਚੇ ਦੀ ਹੈ ਅਤੇ ਹਵਾਨਾ ਵੀ ਬਹੁਤ ਸੋਹਣਾ ਇਹਦਾ। ਹਜੇ 10 ਦਿਨ ਪਏ ਹੈ ਦਿਨ ਪੂਰੇ ਹੋਣ 'ਚ, ਕਿਉਂਕਿ 20 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਅਤੇ 11 ਤਰੀਕ ਨੂੰ ਮੈਂ ਵੀਡੀਓ ਬਣਾ ਰਿਹਾ ਅਤੇ ਕੁਛ ਦਿਨ ਉੱਤੇ ਵੀ ਪਸ਼ੂ ਲੈਂਦਾ, ਮਤਲਬ ਅਜੇ ਸੁਣਦੀ ਨਹੀਂ ਗੀ, ਹਵਾਨਾ ਪੂਰਾ ਭਰੂਗੀ ਅਤੇ ਹੁਣ ਵੀ ਹਵਾਨਾ ਸੋਹਣਾ ਤਿਆਰ ਹੈ। ਲੈ ਚੱਲ ਬਈ ਅੰਦਰ ਵੱਲ ਨੂੰ ਭਾਵੇਂ। ਸੋ ਜਿਹਨੂੰ ਪਸੰਦ ਆਵੇ ਦੋਸਤੋ, ਰੇਟ 85,000 ਹੈ, ਮਾਨਤਣ ਵਿੱਚੋਂ ਬਾਈ ਕਰ ਦੂਗਾ ਥੋੜ੍ਹਾ ਬਹੁਤ ਜ਼ਰੂਰ। ਸੋ ਆ ਕੇ ਜ਼ਰੂਰ ਦੇਖਿਓ, ਆਪਦੀ ਤਸੱਲੀ ਕਰਨਾ ਤੁਹਾਡਾ ਹੱਕ ਹੈ, ਮੇਰਾ ਕੰਮ ਤੁਹਾਨੂੰ ਵੀਡੀਓ 'ਚੋਂ ਸਿਰਫ ਪਸ਼ੂ ਦਿਖਾਉਣ ਦਾ, ਤੁਹਾਨੂੰ ਮੈਂ ਕੋਸ਼ਿਸ਼ ਕਰ ਰਿਹਾ ਚੰਗੀ ਤਰ੍ਹਾਂ ਦਿਖਾਉਣ ਦੀ। ਹਵਾਨਾ ਹੁਣ ਵੀ ਦੇਖੋ, ਹਜੇ ਇਹ ਕਰਮ ਵਾਲੀ ਨੇ ਸੋਣਾ ਨਹੀਂ ਗਾ, ਦਿਨ ਹਜੇ ਦੇ ਪਏ ਹੈ ਅਤੇ ਜਦੋਂ ਇਹ ਨੇੜ ਆਊਗੀ ਉਦੋਂ ਇਹਨੇ ਪੂਰਾ ਹਵਾਨਾ ਭਰਨਾ। ਹੁਣ ਹਵਾਨਾ ਤੁਸੀਂ ਦੇਖ ਸਕਦੇ ਹੋ ਕਾਫ਼ੀ ਚੰਗਾ ਤਿਆਰ ਹੈ। ਸੋ ਚੰਗੇ ਕੱਦ ਕਾਠ ਦੀ ਇਹ ਵੈੜ, ਐਚ ਐਫ ਅਤੇ ਜਰਸੀ ਦੀ ਕ੍ਰੋਸ ਬਰੀਡ, ਪਸੰਦ ਜਿਹਨੂੰ ਆਵੇ, ਡਿਮਾਂਡ 85,000 ਹੈ। ਬਹੁਤ ਮਿਹਰਬਾਨੀ ਦੱਸੋ ਵੀਡੀਓ ਦੇਖਣ ਵਾਸਤੇ, ਧੰਨਵਾਦ।